ਨਾ ਉਹ ਵੇਲਾ ਹੁਣ ਧਰਤੀ ਤੇ ਪੈਰ ਨੀ ਲੱਗਣਾ, ਟਪੂਸੀਆਂ ਲਾਉਂਦੀ ਤੁਰੀ ਫਿਰੂਗੀ ਅੰਦਰ ਬਾਹਰ। ਉਹ ਰਾਕਲ ਨੀ ਹੈ ਕਿਸ ਵੇਲੇ ਕਿਸੇ ਦੇ ਘਰੇ ਜਾਣਾ, ਉਹਦਾ ਨੀ ਪੈਣ ਦਿੰਦੇ ਜਦੇ ਮੂੰਹ ਚੱਕ ਕੇ ਤੁਰ ਪੈਂਦੇ ਨੇ, ਅਕਲ ਨੀ ਵਾਸਤਾ ਇਹਨਾਂ। ਤੁਸੀਂ ਦੱਸੋ ਬੇਟਾ ਮੈਂ ਕਿਵੇਂ ਆਉਣਾ ਹੋਇਆ? ਅਸੀਂ ਤਾਂ ਮਾਸੀ ਜੀ ਤੁਹਾਨੂੰ ਬੇਨਤੀ ਕਰਨ ਆਇਆ, ਐਤਵਾਰ ਨੂੰ ਆਪਣੇ ਘਰੇ ਸੁਖਨੀ ਸਾਹਿਬ ਦਾ ਪਾਠ ਆ, ਤੁਸੀਂ ਸਾਰੇ ਪਰਿਵਾਰ ਨੇ ਜਰੂਰ ਆਉਣਾ। ਅੱਗੇ ਵਾਂਗੂ ਕੋਈ ਟਰਕਾਲੋ ਜੀ ਨਾ ਲਾਇਓ, ਸਾਰਿਆਂ ਨੇ ਆਉਣਾ ਤੇ ਨਾਲੇ ਦੀਦੀ ਨੂੰ ਇੱਕ ਦਿਨ ਪਹਿਲਾਂ ਭੇਜ ਦਿਓ। ਤੁਸੀਂ ਧਨੀ ਏਦਾਂ ਦਾ ਰੱਖਦੇ ਹੋ ਜਾਂ ਸਾਨੂੰ ਉਡੀਕਾ ਹੁੰਦਾ, ਫਿਰ ਤੁਸੀਂ ਕਹਦੇ ਨੂੰ ਟਾਈਮ ਸਾਰ ਆਏ ਨੀ, ਪਹਿਲਾਂ ਪੁੱਛ ਕੇ ਦਿਨ ਧਰ ਲਿਆ ਕਰੋ ਕੋਈ। ਤਾਂ ਤਾਂ ਮਾਸੀ ਤੁਹਾਨੂੰ ਅਸੀਂ ਇੰਨੇ ਦਿਨ ਪਹਿਲਾਂ ਕਹਿਣ ਆਇਆ ਤੇ ਦਿਨ ਵੀ ਛੁੱਟੀ ਵਾਲਾ ਰੱਖਿਆ ਤੇ ਹੁਣ ਕਿਹੜਾ ਉਡੀਕਾ ਹੋ ਗਿਆ। ਆਪਣੇ ਖੁਸ਼ੀ ਨਾਮੇ ਸੁਖਨੀ ਸਾਹਿਬ ਦਾ ਪਾਠ ਰੱਖਿਆ, ਮਾਸੀ ਜੀ ਨੂੰ ਮੈਂ ਕਹਿਤਾ ਵਾ ਤੇ ਤੁਸੀਂ ਇੱਕ ਦਿਨ ਪਹਿਲਾਂ ਆਉਣਾ ਵਾ। ਹਾਂ ਕਰਨ ਤੋਂ ਪਹਿਲਾਂ ਮੇਰੀ ਗੱਲ ਸੁਣ ਲਓ। ਹਾਂਜੀ ਮੰਮੀ। ਇਸ ਐਤਵਾਰ ਨੂੰ ਨੀ ਆਪਾਂ ਜਾ ਸਕਦੇ। ਕੀ ਗੱਲ ਮਾਸੀ ਜੀ, ਤੁਸੀਂ ਕਿਉਂ ਨੀ ਆ ਸਕਦੇ? ਨਹੀਂ ਆ ਸਕਦੇ ਤਾਂ ਨਹੀਂ ਆ ਸਕਦੇ, ਸਾਡੀ ਕੁੜੀ ਦੇ ਘਰੇ ਪ੍ਰੋਗਰਾਮ ਆ, ਉਹ ਸਾਡਾ ਘਰ ਦਾ ਪ੍ਰੋਗਰਾਮ ਆ, ਉਹ ਛੱਡ ਕੇ ਅਸੀਂ ਇੱਧਰ ਨੂੰ ਕਿਵੇਂ ਚਲੇ ਜਾਵਾਂਗੇ? ਨਾ ਇਹ ਤੁਹਾਨੂੰ ਆ ਸਕਦੇ ਨਾ ਮੈਂ ਆ ਸਕਦੀ। ਮੰਮੀ ਗੁੱਡੀ ਘਰੇ ਕਿਹੜਾ ਫੰਕਸ਼ਨ ਆ, ਮੇਰੇ ਨਾਲ ਤਾਂ ਉਹਨੇ ਕੋਈ ਗੱਲ ਕੀਤੀ ਨੀ। ਨਾ ਤੂੰ ਲੰਬੜਦਾਰ ਨਹੀਂ ਆ, ਉਹਨੇ ਆਪਦੇ ਘਰੇ ਉਹਦੇ ਪ੍ਰੋਗਰਾਮ ਵੀ ਤੇ ਪੁੱਛ ਕੇ ਰੱਖਣੇ ਨੇ। ਦੇਖ ਭਾਈ, ਗੁੱਸਾ ਕਰ ਚਾਹੇ ਗਿਲਾ ਕਰ, ਸਾਡਾ ਉਹ ਘਰ ਦਾ ਪ੍ਰੋਗਰਾਮ ਆ, ਅਸੀਂ ਲੋਕਾਂ ਦੇ ਪ੍ਰੋਗਰਾਮ ਥੋੜੀ ਅਟੈਂਡ ਕਰਾਂਗੇ ਘਰ ਦੇ ਛੱਡ ਕੇ। ਲੋਕਾਂ ਦੇ ਇਹ ਲੋਕ ਨੇ ਮੰਮੀ, ਇਹ ਮੇਰੇ ਭਰਾ ਭਰਜਾਈ ਨੇ, ਮੇਰੇ ਵੀ ਪੇਕੇ ਘਰ ਪ੍ਰੋਗਰਾਮ ਆ, ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰੀ ਜਾਂਦੇ ਆ? ਨਾਲੇ ਗੁੱਡੀ ਨੇ ਤਾਂ ਦੱਸਿਆ ਨਹੀਂ ਹੈਗਾ ਹੁਣ ਤੱਕ ਵੀ ਘਰ, ਉਹਨਾਂ ਦੇ ਵੀ ਫੰਕਸ਼ਨ ਆ। ਨਾ ਤੈਨੂੰ ਉਹ ਲਿਖ ਕੇ ਦੇ ਦਿੰਦੀ ਜਦ ਮੈਨੂੰ ਫੋਨ ਕਰਤਾ। ਜਦੋਂ ਵੀ ਮੇਰੇ ਪੇਕੇ ਘਰ ਕੋਈ ਪ੍ਰੋਗਰਾਮ ਹੁੰਦਾ ਉਦੋਂ ਹੀ ਇਹ ਉਡੀਕਾ ਪਾ ਲੈਂਦੇ ਨੇ, ਉਦੋਂ ਹੀ ਇਹਨਾਂ ਨੂੰ 100 ਕੰਮ ਨਿਕਲੇ ਆਉਂਦੇ ਨੇ, ਕਦੀ ਮੈਨੂੰ ਟਾਈਮ ਸਿਰ ਉਧਰ ਜਾਣ ਨਹੀਂ ਦਿੰਦੇ ਇਹ। ਮੇਰਾ ਵੀ ਤਾਂ ਜੀ ਕਰਦਾ ਨਾ ਵੀ ਮੈਂ ਆਪਦੇ ਪੇਕੇ ਘਰ ਦੇ ਪ੍ਰੋਗਰਾਮ ਜਿਹੜੇ ਆ ਉਹ ਹੱਸਦੀ ਖੇਡਦੀ ਅਟੈਂਡ ਕਰਾਂ, ਪਰ ਮਜਾਲ ਆ ਵੀ ਇਹ ਕਦੀ ਕਰਨ ਦੇਣ। ਮੇਰੀ ਗੱਲ ਸੁਣਨੀ, ਐਡੀ ਉੱਥੇ ਹੋ ਕੇ ਆਈ ਆ, ਹੁਣ ਤੈਨੂੰ ਹਜੇ ਉਹਨਾਂ ਦਾ ਹੀ ਅਜੇ ਮਾਰੀ ਜਾਂਦਾ। ਜਿਵੇਂ ਤੁਹਾਨੂੰ ਆਪਣੀ ਕੁੜੀ ਦਾ ਪ੍ਰੋਗਰਾਮ ਇੰਪੋਰਟੈਂਟ ਲੱਗਦਾ ਨਾ, ਉਵੇਂ ਇਹ ਵੀ ਸਾਡੇ ਘਰ ਦੀ ਕੁੜੀ ਆ। ਜਦੋਂ ਕੁੜੀ ਸੀ ਉਦੋਂ ਕੁੜੀ ਸੀ, ਹੁਣ ਇਸ ਘਰ ਦੀ ਨੂੰਹ ਆ, ਹੁਣ ਇਹਦੀਆਂ 100 ਜ਼ਿੰਮੇਵਾਰੀਆਂ ਨੇ, ਸਾਰੀਆਂ ਜ਼ਿੰਮੇਵਾਰੀਆਂ ਇੱਥੇ ਵੀ ਨਿਭਾਉਣੀਆਂ ਨੇ, ਹੁਣ ਪਿੱਛੇ ਨੂੰ ਇੰਨੀਆਂ ਨੇ ਪੇਕਿਆਂ ਨੂੰ ਝੱਕੀ ਜਾਣਾ। ਸਾਡੇ ਘਰ ਦੇ ਪ੍ਰੋਗਰਾਮ ਨੂੰ ਕਿਵੇਂ ਭਾਗ ਲੱਗਣਗੇ ਜੇ ਸਾਡੇ ਘਰ ਦੀ ਕੁੜੀ ਵਿੱਚ ਨਹੀਂ ਹੋਊਗੀ? ਰਹਿਣ ਦੇ ਛੱਲੀ, ਰਹਿਣ ਦੇ, ਜੇ ਇਹ ਨਹੀਂ ਜਾਊ ਕਿਹੜਾ ਗੱਡਾ ਆੜਜੂ ਤੁਹਾਡਾ? ਉਹੀ ਗੱਡਾ ਆੜ ਜਾਣਾ ਜਿਹੜਾ ਤੁਹਾਡੇ ਬਿਨਾਂ ਤੁਹਾਡੀ ਕੁੜੀ ਦਾ ਆੜਦਾ। ਇਹਦੀ ਤਾਂ ਜਵਾਨ ਦੇਖੀ ਸੀ, ਇਹ ਕਿਹੜਾ ਘਾਟਾ ਕਲੇਸ਼ ਪਾਉਣ ਤੋਂ ਇਹ ਨਹੀਂ ਟਲਦਾ, ਫਿਰ ਕਹਿੰਦੇ ਮੇਰੇ ਪੇਕੇ ਆਇਆਂ ਤੋਂ ਲੜਦੀ ਆ, ਉਹਨਾਂ ਦੀ ਬੇਇੱਜ਼ਤੀ ਕਰਦੀ। ਕਲੇਸ਼ ਪਾਉਣ ਵਾਲੀ ਗੱਲ ਮੈਂ ਨਹੀਂ ਕਰਦਾ, ਤੁਸੀਂ ਕਰਦੇ ਹੋ ਮਾਸੀ ਜੀ। ਚਲੋ ਆਪਾਂ ਇੱਥੇ ਗੱਲ ਨੂੰ ਕਰਨੇ, ਤੁਸੀਂ ਆਪਣੀ ਕੁੜੀ ਦੇ ਘਰੇ ਪ੍ਰੋਗਰਾਮ ਅਟੈਂਡ ਕਰ ਲਿਓ, ਭੈਣ ਆਪਣੇ ਪੇਕਿਆਂ ਘਰੇ ਕਰ ਲੂਗੀ। ਆਹ ਗੱਲ ਠੀਕ ਆ, ਨਾ ਕਿਸੇ ਦਾ ਰੋਲਾ ਤੇ ਨਾ ਰੱਪਾ। ਤੂੰ ਤਾਂ ਚਾਹੁੰਦੀਆਂ ਹੀ ਇਹ ਆ, ਰੋਲਾ ਰੱਪਾ ਆਪੇ ਨਹੀਂ ਹੋਊਗਾ ਜਾਂ ਸੱਸ ਨਹੀਂ ਨਾਲ ਜਾਊਗੀ। ਹਾਏ ਹਾਏ, ਕੁੜੀ ਨੂੰ ਮਿਹਣਿਆਂ ਨੂੰ ਥਾਂ ਕਰ ਦੇਗੀ, ਸਾਰੀ ਉਮਰ ਕਹਿਣਗੇ ਵੀ ਤੇਰੀ ਭਰਜਾਈ ਨਹੀਂ ਆਈ। ਤੇ ਸਾਡੇ ਵੀ ਕਹਿਣਗੇ ਨਾ ਵੀ ਇੱਕ ਕੁੜੀ ਆ ਉਹ ਵੀ ਨਹੀਂ ਆਈ। ਵਾਹ ਵਾਹ, ਇੱਥੇ ਤਾਂ ਰੌਣਕਾਂ ਲੱਗੀਆਂ ਪਈਆਂ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤਾਂ ਹੀ ਭਾਬੀ ਫੋਨ ਚੱਕਦੀ। ਇਹਨੇ ਤੇਰਾ ਫੋਨ ਕੀ ਚੱਕਣਾ, ਇਹ ਤਾਂ ਪੇਕੇ ਆਏ ਹੋਏ ਆ, ਇਹਦਾ ਦਿਮਾਗ ਤਾਂ ਇੱਧਰ ਲੱਗਿਆ ਹੋਇਆ। ਚਲੋ ਵਧੀਆ ਭੈਣੇ, ਤੁ
ਗੱਲ ਇਹ ਆ ਕਿ ਜਿੱਦਣ ਸਾਡੇ ਪ੍ਰੋਗਰਾਮ ਆ ਉਦਣ ਹੀ ਤੁਹਾਡੇ ਪ੍ਰੋਗਰਾਮ ਆ। ਵੀ ਸਾਡੇ ਪ੍ਰੋਗਰਾਮ ਤੇ ਗੈਬੀ ਭੈਣ ਆਜੂਗੀ ਤੇ ਤੁਹਾਡੇ ਪ੍ਰੋਗਰਾਮ ਤੇ ਮਾਸੀ ਜੀ ਹੋਣੇ ਆ ਜਾਣਗੇ। ਪਰ ਭਾਜੀ ਸਾਡੇ ਕਿਹੜਾ ਪ੍ਰੋਗਰਾਮ ਆ? ਮੈਂ ਫਿਰ ਨੱਕ ਬਣਾਉਣ ਨੂੰ ਇਹ ਫਿਰ ਨੱਕ ਵਢਾਉਣ ਨੂੰ ਤੇ ਮੇਰੇ ਪੇਕੇ ਘਰੇ ਨਾ ਸੁਖਮਣੀ ਸਾਹਿਬ ਦਾ ਪਾਠ ਰੱਖਿਆ ਸੀ ਐਤਵਾਰ ਨੂੰ ਤੇ ਮੰਮੀ ਕਹਿੰਦੇ ਸੰਡੇ ਨੂੰ ਤੇਰੇ ਘਰੇ ਵੀ ਕੋਈ ਪ੍ਰੋਗਰਾਮ ਆ। ਨਹੀਂ ਨਹੀਂ ਭਾਬੀ ਸਾਡੇ ਘਰੇ ਤਾਂ ਕੋਈ ਪ੍ਰੋਗਰਾਮ ਨਹੀਂ ਰੱਖਿਆ ਹੋਇਆ। ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਐ ਝੂਠ ਬੋਲ ਕੇ ਇੱਕ ਕੁੜੀ ਨੂੰ ਉਹਦੇ ਪੇਕੇ ਘਰ ਜਾਣ ਤੋਂ ਰੋਕਣਾ ਬਹੁਤ ਮਾੜੀ ਗੱਲ ਆ। ਤੁਹਾਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਜਿਵੇਂ ਤੁਹਾਨੂੰ ਆਪਣੀ ਕੁੜੀ ਪਿਆਰੀ ਆ ਨਾ, ਉਵੇਂ ਸਾਨੂੰ ਵੀ ਹੈ। ਅਸੀਂ ਆਪਣੀ ਕੁੜੀ ਵਿਆਹੀ ਆ, ਕੋਈ ਸੁੱਟੀ ਨਹੀਂ। ਮੰਮੀ ਮੇਰੇ ਦਿਲ ਨੂੰ ਬਹੁਤ ਠੇਸ ਪਹੁੰਚੀ ਆ ਵੀ ਤੁਸੀਂ ਝੂਠ ਬੋਲ ਕੇ ਮੇਰੇ ਪੇਕੇ ਜਾਣ ਤੇ ਮੈਨੂੰ ਰੋਕਣ ਲੱਗੇ ਸੀਗੇ। ਇਹੋ ਜਿਹੀ ਕਿਹੜੀ ਜ਼ਿੰਮੇਵਾਰੀ ਆ ਸਹੁਰੇ ਘਰ ਦੀ ਜਿਹੜੀ ਮੈਂ ਨਹੀਂ ਨਿਭਾਉਂਦੀ? ਗੁੱਡੀ ਕਦੇ ਤੈਨੂੰ ਲੱਗਿਆ ਵੀ ਜਦੋਂ ਤੂੰ ਆਪਦੇ ਪੇਕੇ ਘਰ ਆਈ ਹੋਵੇ ਤੇ ਮੈਂ ਤੇਰਾ ਮਾਣ ਸਤਿਕਾਰ ਨਾ ਕੀਤਾ ਹੋਵੇ? ਨਹੀਂ ਭਾਬੀ, ਮੈਨੂੰ ਤੇ ਇੱਦਾਂ ਕਦੇ ਨਹੀਂ ਲੱਗਿਆ ਹੈਗਾ। ਸਗੋਂ ਤੇ ਜਦੋਂ ਮੈਂ ਆਉਣੀ ਆ ਤੁਸੀਂ ਤਾਂ ਇੰਨਾ ਚਾਅ ਕਰਦੇ ਮੇਰੇ ਆਉਣ ਦਾ, ਮੈਨੂੰ ਤਾਂ ਤੁਸੀਂ ਆਪਦੀਆਂ ਪਲਕਾਂ ਤੇ ਬਿਠਾ ਕੇ ਰੱਖਦੇ ਹੋ। ਇੱਦਾਂ ਹੀ ਘਰਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਕਰਕੇ ਘਰਾਂ ਦੇ ਵਿੱਚ ਕਲੇਸ਼ ਪੈ ਜਾਂਦਾ ਤੇ ਫਿਰ ਸੱਸਾਂ ਕਹਿੰਦੀਆਂ ਨੂੰਹਾਂ ਸਾਡੀ ਸੇਵਾ ਨਹੀਂ ਕਰਦੀਆਂ। ਸੇਵਾ ਤਾਂ ਕਰਨਾ ਨਾ ਵੀ ਜੇ ਉਹਦੀ ਖੁਸ਼ੀ ਦੇ ਵਿੱਚ ਖੁਸ਼ ਹੋਣ ਦੀ ਆਦਤ ਪਾਉਣ, ਵੀ ਜਦੋਂ ਕਿਤੇ ਦਿਨ ਤਿਆਰ ਹੁੰਦਾ ਉਹਨੂੰ ਹੱਸਦੀ ਨੂੰ ਤੇ ਆਪ ਵੀ ਖੁਸ਼ ਹੋ ਕੇ ਉਹਨੂੰ ਪੇਕਿਆਂ ਦੇ ਪ੍ਰੋਗਰਾਮ ਨੂੰ ਅਟੈਂਡ ਕਰਨ ਭੇਜਿਆ ਜਾਵੇ। ਜੇ ਆਪਾਂ ਡਿੱਕੇ ਡਾਵਾਂਗੇ ਤਾਂ ਫਿਰ ਉਹਨੇ ਵੀ ਤਾਂ ਮੂੰਹ ਬਿੰਗਾ ਕਰਨਾ ਹੀ ਕਰਨਾ ਹੈ ਨਾ। ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀ ਘਰ ਦੀ ਨੂੰਹ ਹੈ ਨਾ ਉਹਨੂੰ ਵੀ ਖੁਸ਼ ਹੋਣ ਦਾ ਹੱਕ ਹੈ, ਪੇਕੇ ਦੇ ਪ੍ਰੋਗਰਾਮ ਅਟੈਂਡ ਕਰਦਾ ਵੀ ਉਸਨੂੰ ਹੱਸ ਕੇ ਪੂਰਾ ਹੱਕ ਹੋਣਾ ਚਾਹੀਦਾ। ਨਹੀਂ ਤਾਂ ਭਾਈ ਫਿਰ ਮੇਰੇ ਵਾਂਗੂ ਸ਼ਰਮਿੰਦਾ ਹੀ ਹੋਣਾ ਪਊਗਾ।